ਜ਼ਰਾ ਇਹਦੇ ਨਾਲ ਦੋਸਤੋ ਪੌਦਾ ਅੱਛੇ ਤਰੀਕੇ ਨਾਲ, ਹੈਲਦੀ ਤਰੀਕੇ ਨਾਲ, ਆਸਾਨੀ ਨਾਲ ਆਪਣੀ ਜ਼ਮੀਨ 'ਚ ਗਰੋਥ ਕਰਦਾ ਅਤੇ ਨਸ਼ਾ ਨੁਮਾ ਬਣਾ ਲਈਦਾ। ਅਸੀਂ ਆਪਣੇ ਫਾਰਮ ਤੋਂ ਲੈ ਕੇ ਆਏ ਹਾਂ ਪੌਦੇ, ਆਪਣੇ ਗਾਰਡਨ ਤੋਂ ਲੈ ਕੇ ਐਂ ਉਤਾਰ ਦਿੰਦੇ ਹਾਂ। ਲਓ ਜੀ, ਇਹਨੂੰ ਅਸੀਂ ਬਿਸਮਿਲਲਾ ਪੜ੍ਹ ਕੇ ਅੱਲਾ ਸੋਹਣੇ ਦੇ ਨਾਮ ਨਾਲ ਲੈ ਕੇ ਇਹਨੂੰ ਪਾਉਂਦੇ ਹਾਂ ਵਿੱਚ। ਬਿਸਮਿਲਲਾ ਰਹਿਮਾਨ ਰਹੀਮ, ਲੈ ਵਿੱਚ ਸੋਹਣੇ ਰੱਬ ਤੇਰੇ ਹਵਾਲੇ, ਮੇਰੇ ਮਾਲਕ ਤੁਸੀਂ ਰਹਿਮਤ ਕਰਨ ਵਾਲਾ, ਤੁਸੀਂ ਕਰਮ ਕਰਨ ਵਾਲਾ, ਤੁਸੀਂ ਫਜ਼ਲ ਕਰਨ ਵਾਲਾ। ਬਿਸਮਿਲਲਾਹਿਰਰਹਿਮਾਨਿਰਰਹੀਮ, ਬਿਸਮਿਲਲਾਹਿਰਰਹਿਮਾਨਿਰਰਹੀਮ, ਅਸਲਾਮੁ ਅਲੈਕੁਮ ਰਹਿਮਤੁਲਲਾਹਿ ਵਬਰਕਾਤੁਹੁ। ਸ਼ਹਿਰਾਜ਼ ਗਾਰਡਨਿੰਗ ਆਈਡਲ ਖੁਸ਼ ਆਮਦੀਦ, ਵੈਲਕਮ ਕਹਿਣਾ ਜਨਾਬ ਤੁਹਾਨੂੰ ਆਪਣੇ ਗਾਰਡਨ 'ਚ। ਉਮੀਦ ਕਰਨਾ ਸਾਰੇ ਦੋਸਤ ਠੀਕ ਠਾਕ ਹੋਣਗੇ, ਸਾਰੇ ਰੱਬ ਖੁਸ਼ ਹੋਣਗੇ, ਸਾਰੇ ਆਪਣੇ ਪਿਆਰਿਆਂ ਨਾਲ ਪਿਆਰ ਬਣਦੇ ਹੋਏ, ਮੁਹੱਬਤਾਂ ਬਣਦੇ ਹੋਏ, ਆਪਣੇ ਨਿਜ਼ਾਮੀ ਜ਼ਿੰਦਗੀ ਸਹੀ ਤਰ੍ਹਾਂ ਜੀਉਂਦੇ ਹੋਣ। ਲਓ ਵੀ ਸੱਜਣੋ, ਬਿਲੀ ਦੋ ਮੈਂ ਇੱਕ ਘਰ ਦੇ ਵਿੱਚ ਆਇਆ ਅਤੇ ਇੱਕ ਲਾਨ 'ਚ ਆਇਆ। ਲਾਨ ਛੋਟੇ ਛੋਟੇ ਲਾਨ ਬਣਾਏ ਨੇ ਵੀ ਆਈ ਪੀ, ਸੋਹਣੇ ਸੁਥਰੇ, ਉਹਦੀ ਸਫਾਈ ਦਾ ਮੈਨੂੰ ਆਰਡਰ ਮਿਲਿਆ ਸੀ, ਜਿਸ ਤਰ੍ਹਾਂ ਕਿ ਇਹ ਖੁਸ਼ਕ ਹੋ ਗਿਆ ਪੌਦਾ ਉਹਨਾਂ ਦਾ, ਠੀਕ ਆ, ਉਹਨੂੰ ਉੱਥੋਂ ਕੱਟ ਦਿੱਤਾ ਅਤੇ ਇਹਦਾ ਮੁੜ ਕੱਢਿਆ। ਇਹ ਜਨਾਬ ਬੂਟੀਆਂ ਛੁੱਟੀਆਂ ਸਾਰੀਆਂ ਕੱਢੀਆਂ ਨੇ, ਗੰਦ ਮੰਦ ਸਾਰਾ ਕੱਢਿਆ ਹੋਇਆ, ਇੱਧਰ ਸਫਾਈ ਕਰ ਦਿੱਤੀ ਹੈ, ਠੀਕ ਹੈ। ਇਹ ਐਲੋਵੇਰਾ ਦੇ ਪਲਾਂਟ ਉਹਨਾਂ ਨੇ ਲਾਏ ਨੇ, ਇਹ ਪੁਦੀਨਾ ਇਹਨਾਂ ਲਾਇਆ ਹੋਇਆ, ਠੀਕ ਹੈ ਜੀ। ਇਹ ਅਮਰੂਦ ਦੇ ਵੱਡੇ ਟ੍ਰੀ ਲੱਗੇ ਹੋਏ ਨੇ, ਵੱਡੇ ਪਲਾਂਟ ਲੱਗੇ ਹੋਏ ਨੇ, ਅਤੇ ਪਹਿਲਾਂ ਫਰੂਟ ਇਹਨਾਂ ਖਾ ਲਿਆ ਅਤੇ ਦੁਬਾਰਾ ਫਿਰ ਫਰੂਟ ਸ਼ੁਰੂ ਹੋ ਗਿਆ, ਜਿਸ ਤਰ੍ਹਾਂ ਕਿ ਇਹ ਤੁਸੀਂ ਦੇਖ ਰਹੇ ਹੋ ਫੁੱਲ ਸ਼ੁਰੂ ਹੋ ਰਹੇ ਨੇ, ਇਹ ਫੁੱਲ ਲੱਗੇ ਹੋਏ ਨੇ, ਠੀਕ ਹੈ ਜੀ, ਯਾਨੀ ਕਿ ਫੁੱਲ ਆ ਰਹੇ ਨੇ। ਇਹ ਸਦਾਬਹਾਰ ਅਮਰੂਦ ਹੈ, ਠੀਕ ਹੈ, ਇੱਕ ਸਰਾਹੀ ਵਰਾਇਟੀ ਦਾ, ਇੱਕ ਗੋਲਡਨ ਗੋਲਿਆਂ ਦਾ ਵਰਾਇਟੀ ਦਾ, ਬਹੁਤ ਹੀ ਪਿਆਰੇ ਫਰੂਟ ਲੱਗਦੇ ਨੇ। ਨਾਲ ਹੀ ਇਹਨਾਂ ਦੋਸਤੋ ਸਾਨੂੰ ਇੱਕ ਆਰਡਰ ਦਿੱਤਾ, ਇਹਨਾਂ ਨੇ ਕਿਹਾ ਇੱਕ ਮੈਂਗੋ ਦਾ ਪਲਾਂਟ ਲਓ, ਅੰਬ ਦਾ ਪਲਾਂਟ ਲਓ ਅਤੇ ਇੱਕ ਪੌਦਾ ਲਾ ਕੇ ਸਾਨੂੰ ਦੋ ਸਦਾਬਹਾਰ ਲੈਮਨ ਦਾ। ਆਪਣੇ ਮਨ 'ਚ, ਆਪਣੇ ਦਿਲ 'ਚ ਖਿਆਲ ਆਇਆ, ਦੋਸਤਾਂ ਨੂੰ ਆਈਡੀਆ ਦੇਈ ਅਤੇ ਮਾਮਲਾ ਸ਼ੇਅਰ ਕਰੀਏ। ਅੱਜ ਦੇ ਜਿਹੜੇ ਅਸੀਂ ਕੰਮ ਕੀਤਾ ਅਤੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਨਸ਼ਾਅੱਲਾ। ਸਫਾਈ ਸੁਥਰਾਈ ਕੀਤੀ ਹੈ, ਐਲੋਵੇਰਾ ਪਲਾਂਟ ਲੱਗਿਆ, ਗੁਲਾਬ ਦੇ ਪਲਾਂਟ ਲੱਗੇ ਨੇ, ਬੜੀ ਪਲੈਨਿੰਗ ਨਾਲ ਪਲਾਂਟ ਲਾਏ ਹੋਏ ਨੇ ਅਤੇ ਅਲਹਮਦੁਲਿਲਾ ਖੂਬਸੂਰਤ ਪਲਾਂਟ ਨੇ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਕਿ ਗਰਮੀ ਦੇ ਦਿਨਾਂ 'ਚ ਗੁਲਾਬ ਦੇ ਫਲਾਵਰਾਂ ਨੂੰ ਫੁੱਲ ਬਹੁਤ ਹੀ ਘੱਟ ਆਉਂਦੇ ਨੇ, ਗੁਲਾਬ ਦੇ ਪਲਾਂਟਾਂ ਨੂੰ ਘੱਟ ਆਉਂਦੇ ਨੇ, ਥੋੜ੍ਹੇ ਆਉਂਦੇ ਨੇ, ਛੋਟੇ ਛੋਟੇ ਫੁੱਲ ਹੁੰਦੇ ਨੇ, ਉਹ ਵੀ ਤੁਹਾਨੂੰ ਵਿਖਾਉਂਦੇ ਹਾਂ। ਅਤੇ ਗਰਮੀ ਦੀ ਸ਼ਿੱਦਤ ਨਾਲ ਬਹੁਤ ਹੀ ਹਾਲ ਬੁਰਾ ਹੋਇਆ, ਗਰਮੀ ਨਾਲ ਸੁਬੋਧ ਲੱਗੇ ਸਾਂ, ਕੰਮ ਸ਼ੰਮ ਕਰਨ ਰਹੇ ਹਾਂ ਅਤੇ ਮਾਇੰਡ 'ਚ ਖਿਆਲ ਆਇਆ, ਦਿਲ 'ਚ ਖਿਆਲ ਆਇਆ ਕਿ ਆਪਣੇ ਦੋਸਤਾਂ ਨਾਲ, ਆਪਣੇ ਪਿਆਰਿਆਂ ਨਾਲ ਸ਼ੇਅਰ ਕਰਨਾ ਚਾਹੀਦਾ। ਹੁਣ ਇਸ ਤਰ੍ਹਾਂ ਕਰਨੇ ਹਾਂ ਕਿ ਅਸੀਂ ਤੁਹਾਨੂੰ ਹੁਣ ਲਾ ਕੇ ਦਿੰਦੇ ਹਾਂ, ਇੱਕ ਵਿਖਾਉਂਦੇ ਹਾਂ, ਇੱਕ ਲੈਮਨ ਦਾ ਪਲਾਂਟ, ਚਾਈਨੀਜ਼ ਲੈਮਨ ਹੈ, ਪੇਵੰਦ ਵਾਲਾ, ਪੇਵੰਦ ਕਾੜੀ ਵਾਲਾ, ਜਿਸ ਤਰ੍ਹਾਂ ਕਿ ਇਹ ਮੇਰੇ ਕੋਲ ਪਿਆ ਹੋਇਆ, ਠੀਕ ਹੈ ਜੀ। ਇਹ ਮੈਂ ਆਪਣੇ ਫਾਰਮ ਤੋਂ ਲੈ ਕੇ ਆਇਆ, ਆਪਣੇ ਗਾਰਡਨ ਤੋਂ ਲੈ ਕੇ ਆਇਆ ਅਤੇ ਇਹਨੂੰ ਤੁਸੀਂ ਦੇਖ ਰਹੇ ਹੋ ਕਿ ਇਹ ਇਹਨੂੰ ਲੈਮਨ ਵੀ ਲੱਗਾ ਹੋਇਆ, ਠੀਕ ਹੈ, ਇੱਕ ਇਹ ਲੈਮਨ ਲੱਗਾ ਹੋਇਆ, ਇੱਕ ਇਹ ਛੋਟਾ ਜਿਹਾ ਲੈਮਨ ਲੱਗਾ ਹੋਇਆ, ਠੀਕ ਹੈ ਜੀ। ਅੱਗੇ ਫਿਰ ਇੱਧਰ ਨੂੰ ਥੋੜ੍ਹਾ ਜਿਹਾ ਕਰਾਂਗੇ ਅਤੇ ਫਿਰ ਇੱਕ ਇਹ ਛੋਟਾ ਜਿਹਾ ਲੱਗਾ ਹੋਇਆ, ਇਹ ਬਿਲਕੁਲ ਛੋਟਾ ਜਿਹਾ ਲੱਗਾ, ਠੀਕ ਹੈ ਜੀ। ਅਤੇ ਇਹ ਪਲਾਂਟ ਅਸੀਂ ਨਾ ਅਲਹਮਦੁਲਿਲਾ ਇੱਕ ਇਹ ਲੱਗਾ ਹੋਇਆ ਜੀ, ਠੀਕ ਹੈ। ਇਸ ਤਰ੍ਹਾਂ ਇਹ ਸਦਾਬਹਾਰ ਹੈ ਅਤੇ ਇਹਦੀ ਨਿਸ਼ਾਨੀ ਕੀ ਹੈ ਕਿ ਪੇਵੰਦ ਇਹਨੂੰ ਇਹ ਲੱਗਾ ਹੋਇਆ, ਠੀਕ ਹੈ ਜੀ। ਇਹ ਪੇਵੰਦ ਹੈ, ਇਹ ਪੇਵੰਦਕਾਰੀ ਵਾਲਾ, ਠੀਕ ਹੈ। ਇੱਕ ਇਹ ਵੀ ਲੱਗਾ ਜੀ, ਇਹ ਵੀ ਲੱਗਾ ਜੀ, ਇੱਕ ਇਹ ਦਾਣਾ ਲੱਗਾ, ਯਾਨੀ ਕਿ ਇਹ ਕਾਫੀ ਲੱਗੇ ਹੋਏ ਨੇ, 10-12 ਇਹਨੂੰ ਪੀਸ ਲੱਗੇ ਹੋਏ ਨੇ, ਛੋਟੇ ਛੋਟੇ ਲੱਗੇ ਨੇ, ਨੰਨੇ ਮੁੰਨੇ ਲੱਗੇ ਹੋਏ ਨੇ, ਮੁਖਤਲਿਫ। ਇਹ ਸਦਾਬਹਾਰ ਵਰਾਇਟੀ ਦਾ, ਇਹਦਾ ਸਾਈਜ਼ ਜਿਹੜਾ ਨਾ VIP ਰੱਖਣਾ ਚਾਹੋ ਤੁਸੀਂ, ਛੋਟਾ ਕਾਂਟ ਛਾਂਟ ਕਰਕੇ ਛੋਟਾ ਰੱਖਣਾ ਤਾਓ ਅਤੇ 4 ਫੁੱਟ ਤੱਕ ਹਾਈਟ ਰਹੇਗੀ, ਅਤੇ ਨਾ ਕੱਟੋ ਅਤੇ ਇਹਦੀ 6 ਫੁੱਟ ਤੱਕ ਹਾਈਟ ਹੋਏਗੀ। ਇਹ 12 ਮਹੀਨੇ ਹੀ ਇਹਨੂੰ ਪਲਾਂਟ ਨੂੰ ਫੁੱਲ ਆਉਂਦੇ ਨੇ, ਫਲ ਆਉਂਦਾ ਅਤੇ ਘਰ ਦੀ ਜ਼ਰੂਰਤ ਹੈ ਅਤੇ ਤੁਸੀਂ ਵੀ ਲਾਉਣਾ ਚਾਹੋ ਤਾਂ ਤੁਸੀਂ ਲਾ ਸਕਦੇ ਹੋ। ਅਤੇ ਦੂਸਰਾ ਮੇਰੇ ਕੋਲ ਪਲਾਂਟ ਹੈ ਸਾਡੇ ਕੋਲ ਜਨਾਬ, ਉਹ ਹੈ ਸਿੰਦਰੀ ਆਮ ਮੈਂਗੋ, ਸਿੰਦਰੀ ਵਰਾਇਟੀ ਦਾ। ਘਰ ਵਾਲਿਆਂ ਦੀ ਡਿਮਾਂਡ ਸੀ ਕਿ ਸਾਨੂੰ ਸਿੰਦਰੀ ਮੈਂਗੋ ਲਾ ਕੇ ਦਿਉ, ਅਸੀਂ ਸਿੰਦਰੀ ਮੈਂਗੋ ਲਿਆਂਦਾ ਅਤੇ ਇਹ ਮਾਸ਼ਾਅੱਲਾ ਅਲਹਮਦੁਲਿਲਾ ਇਹ ਵੀ ਪੇਵੰਦਕਾਰੀ ਵਾਲਾ ਹੈ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਜਿੱਥੇ ਹੱਥ ਰੱਖਿਆ ਹੋਇਆ, ਇੱਥੋਂ ਇਹ ਜੋੜ ਲੱਗਾ ਹੋਇਆ, ਇੱਥੇ ਦਾ ਪੇਵੰਦ ਹੈ, ਠੀਕ ਹੈ। ਉੱਪਰ ਵਾਲੀਆਂ ਦੋਨੋਂ ਸ਼ਾਖਾਂ ਜਿਹੜੀਆਂ ਨੇ ਓਰੀਜਨਲ ਅਤੇ ਪਿਆਰੀਆਂ ਅਤੇ ਖੂਬਸੂਰਤ ਨੇ, ਠੀਕ ਹੈ, ਇਹ ਸਿੰਦਰੀ ਵਰਾਇਟੀ ਹੈ। ਆਓ ਫਿਰ ਚਲੀਏ, ਚੱਲ ਕੇ ਪਲਾਂਟਾਂ ਨੂੰ ਲਾਈਏ। ਅਤੇ ਗਰਮੀ ਬਹੁਤ ਜ਼ਿਆਦਾ, ਅਸੀਂ ਸੁਬਹਾ ਦੇ ਆਏ ਹਾਂ ਅਤੇ ਸੁਬਹਾ ਦਾ ਜ਼ੇਨ ਸੀ ਕਿ ਇਹ ਸਫਾਈ ਸੁਥਰਾਈ ਦੀ ਕਾਹਦੀ ਵੀਡੀਓ ਦੇਈਏ, ਨਾਲ ਹੀ ਪਲਾਂਟਾਂ ਦੇ ਹੀ ਉਹਨਾਂ ਨੇ ਆਰਡਰ ਦਿੱਤਾ ਅਤੇ ਦਿਲ 'ਚ ਖਿਆਲ ਆਇਆ ਕਿ ਤੁਹਾਨੂੰ ਸ਼ੇਅਰ ਕਰੀਏ। ਆਓ ਚਲੀਏ,
ਇਹ ਦੋਸਤੋ ਮੈਂ ਖੱਡਾ ਮਾਰਿਆ, ਇਹਦੇ ਵਿੱਚ ਦੋ ਖਾਦਾਂ ਪਾਈਆਂ ਨੇ, ਦੋ ਖਾਦਾਂ ਪਾਈਆਂ, ਦੋ ਫਰਟੀਲਾਈਜ਼ਰ ਪਾਈਆਂ ਨੇ। ਪਹਿਲੀ ਕਿਹੜੀ ਪਾਈ ਹੈ? ਡੀ ਏ ਪੀ, ਠੀਕ ਹੈ। ਦੂਸਰੀ ਇਹ ਪੋਟਾਸ਼ ਪਾਈ ਹੈ, ਇਹ ਸਫੇਦ ਜਿਹੜੀ ਹੈ ਪੋਟਾਸ਼ ਹੈ, ਮੱਟੀ ਕਲਰ ਦੀ ਡੀ ਏ ਪੀ ਹੈ, ਅਤੇ ਜਿਹੜੀ ਇਹ ਸੁਰਖ ਸੁਰਖ ਹੈ ਇਹ ਜ਼ਹਿਰ ਹੈ, ਜਿਹੜੀ ਤਨੇ ਦੀ ਸੁੰਡੀ ਲੱਗਦੀ ਹੈ ਪੌਦੇ ਨੂੰ, ਜੜ੍ਹ ਨੂੰ ਸੁੰਡੀ ਲੱਗਦੀ ਹੈ, ਸਿਉਂਕ ਵਗੈਰਾ ਕੀੜੀ ਲੱਗਦੀ, ਉਹਦੇ ਵਾਸਤੇ ਇਹਤਿਆਤੀ ਜ਼ਹਿਰ ਹੈ। ਇਹ ਅਸੀਂ ਪਾ ਲਿਆ, ਅਤੇ ਹੁਣ ਅਸੀਂ ਇੱਥੋਂ ਕੱਟ ਰਹੇ ਹਾਂ ਇਹਨੂੰ, ਟਾਟ ਨੂੰ, ਅਤੇ ਲਾਈਏ ਪੌਦੇ ਨੂੰ। ਇਹ ਲਾਉਣਾ ਜ਼ਰਾ ਇਹਦੇ ਨਾਲ ਦੋਸਤੋ, ਪੌਦਾ ਅੱਛੇ ਤਰੀਕੇ ਨਾਲ, ਹੈਲਦੀ ਤਰੀਕੇ ਨਾਲ, ਆਸਾਨੀ ਨਾਲ ਆਪਣੀ ਜ਼ਮੀਨ 'ਚ ਗਰੋਥ ਕਰਦਾ, ਅਤੇ ਨਸ਼ੇ ਨੂੰ ਬਣਾ ਲਈਦਾ। ਇਹ ਅਸੀਂ ਆਪਣੇ ਫਾਰਮ ਤੋਂ ਲੈ ਕੇ ਆਏ ਹਾਂ ਪੌਦੇ, ਆਪਣੇ ਗਾਰਡਨ ਤੋਂ ਲੈ ਕੇ ਇਹ ਉਤਾਰ ਦੇਣੇ ਆ। ਲਓ ਜੀ, ਇਹਨੂੰ ਅਸੀਂ ਬਿਸਮਿਲਲਾ ਪੜ੍ਹ ਕੇ ਅੱਲਾ ਸੋਹਣੇ ਦੇ ਨਾਮ ਨਾਲ ਲੈ ਕੇ ਇਹਨੂੰ ਪਾਉਂਦੇ ਹਾਂ ਵਿੱਚ। ਬਿਸਮਿਲਲਾ ਰਹਿਮਾਨ ਰਹੀਮ, ਲੈ ਪਿੱਛੋਂ ਰੱਬ ਤੇਰੇ ਹਵਾਲੇ, ਮੇਰੇ ਮਾਲਕ ਤੁਸੀਂ ਰਹਿਮਤ ਕਰਨ ਵਾਲਾ, ਤੁਸੀਂ ਕਰਮ ਕਰਨ ਵਾਲਾ, ਤੁਸੀਂ ਫਜ਼ਲ ਕਰਨ ਵਾਲਾ, ਅਤੇ ਇਸ ਘਰ ਵਾਲੇ ਦਾ ਫਰੂਟ ਨਹੀਂ। ਲਓ ਜੀ, ਇਹ ਪਲਾਂਟ ਅਸੀਂ ਲਾ ਦਿੱਤਾ, ਠੀਕ ਹੈ ਜੀ, ਠੀਕ ਹੈ, ਲਾ ਦਿੱਤਾ। ਅਤੇ ਇਹਨੂੰ ਅਸੀਂ ਖੋਲ੍ਹ ਦੇਣੇ ਆ, ਕਿਉਂਕਿ ਬੰਨ ਕੇ ਇਸ ਵਾਸਤੇ ਲਿਆਉਂਦਾ ਸੀ ਕਿ ਇਹ ਜ਼ਰਾ ਕੰਡੇ ਵਾਲਾ ਹੁੰਦਾ, ਖਾਰਾ ਹੁੰਦੀਆਂ ਇਹਦੇ ਨਾਲ, ਇਹਨੂੰ ਖੋਲ੍ਹ ਦੇਣੇ, ਜ਼ਰਾ ਆਜ਼ਾਦ ਹੋ ਜੀ, ਠੀਕ ਹੈ ਜੀ। ਲਓ ਜੀ, ਇਹ ਆਉਣ ਵਾਲੇ ਵਕਤ ਦੋਸਤੋ ਬਿਲਕੁਲ ਗੋਲ ਹੋ ਜਾਏਗਾ, ਅਤੇ ਗੁਲਾਬ ਦੇ ਪਲਾਂਟ ਲਾਏ ਨੇ, ਇਹਨਾਂ ਦੀ ਵੀ ਅਸੀਂ ਘਾਟ ਛਾਂਟ ਹਲੇ ਕਰਨੀ ਹੈ, ਯਾਨੀ ਕਿ ਫੁੱਲ ਉਤਾਰ ਲੈਣੇ, ਠੀਕ ਹੈ। ਅਗਲਾ ਪਲਾਂਟ ਸ਼ਾਂਟ ਲਾਈਏ ਲੈਮਨ ਦਾ, ਫਿਰ ਇਹਨਾਂ ਨੂੰ ਪਾਣੀ ਵੀ ਪਾਣਾ, ਮੈਂਗੋ ਦਾ, ਲੈਮਨ ਨਹੀਂ, ਸੋਰੀ, ਮੈਂਗੋ ਦਾ। ਅਤੇ ਅਰੇ ਹੁਣ ਕਿਹੜਾ ਸੋਹਣਾ, ਕਿਹੜਾ ਖੂਬਸੂਰਤ ਛੋਟਾ ਜਿਹਾ ਇਹਨਾਂ ਨੇ ਲਾਇਆ ਹੋਇਆ, ਇੱਥੇ ਅਮਰੂਦ ਗਾਵ, ਠੀਕ ਹੈ ਜੀ। ਅਤੇ ਇਹਦੇ ਵਿੱਚ ਗੰਦ ਮੰਦ ਜਿਹੜਾ ਸੀ ਨਾ, ਬਹੁਤ ਹੀ ਜ਼ਿਆਦਾ ਸੀ, ਬਹੁਤ ਜ਼ਿਆਦਾ ਸਫਾਈ ਕੀਤੀ, ਜਿਸ ਨੇ ਕੋਲ ਦੇਖੋ ਉਹਨੂੰ ਤੁਸੀਂ ਘਾਸ ਫੂਸ ਉੱਧਰ ਉਸ ਸਾਈਡ 'ਤੇ ਬਹੁਤ ਜ਼ਿਆਦਾ ਕੱਢੀਏ, ਸੁਬਹੋ ਦੇ ਆਏ ਹਾਂ ਅਸੀਂ, ਅਤੇ ਹੁਣ ਅਸੀਂ ਇੱਥੇ ਇਹ ਵਾਲਾ ਪਲਾਂਟ ਲਾਈਏ, ਉਹ ਉੱਥੇ ਚੱਲ ਕੇ ਲਾਉਣੇ ਹਾਂ। ਲਓ ਦੋਸਤੋ, ਇਸ ਲਾਣ ਦੇ ਵਿਚਕਾਰ ਅਸੀਂ ਲਾਵਾਂਗੇ ਆਉਣ ਵਾਲੇ ਵਕਤ 'ਚ, ਇੱਥੇ ਲਾਉਂਦੇ ਹਾਂ, ਆਉਣ ਵਾਲੇ ਵਕਤ ਜਦੋਂ ਇਹ ਵੱਡਾ ਹੋ ਜਾਏਗਾ ਅਤੇ ਗੁਲਾਬ ਖਤਮ ਹੋ ਜਾਣਗੇ, ਕੋਈ ਗੱਲ ਨਹੀਂ, ਫਰੂਟ ਹੈ ਅਤੇ ਫਰੂਟ ਅੱਛਾ ਅਤੇ ਸੋਹਣਾ ਸੁਥਰਾ ਲਾਉਂਦੇ ਹਾਂ ਅਸੀਂ। ਇਹ ਪਲਾਸਟਿਕ ਦੀ ਥੋੜ੍ਹੀ ਜਿਹੀ ਬੰਨੀ ਹੋਈ ਹੈ, ਇਹਨੂੰ ਅਸੀਂ ਠੰਡੀ ਕਹਿੰਦੇ ਹਾਂ ਆਪਣੀ ਜ਼ਬਾਨ 'ਚ, ਇੱਧਰ ਦੀ 'ਚ, ਠੀਕ ਹੈ, ਇਹਨੂੰ ਅਸੀਂ ਕੱਟ ਲੈਂਦੇ ਹਾਂ, ਕੱਟ ਕੇ ਅਤੇ ਇਹਨੂੰ ਵੀ ਕੱਟ ਲਿਆ। ਇੱਥੇ ਲਾਉਂਦੇ ਹਾਂ ਜੀ ਜਨਾਬ ਅਸੀਂ ਮੈਂਗੋ ਦਾ ਪਲਾਂਟ, ਇਹ ਵੀ ਪ੍ਰਤੀਬੰਧਕਾਰੀ ਵਾਲਾ ਅਤੇ ਹਾਈਬ੍ਰਿਡ ਵਰਾਇਟੀ ਹੈ, ਯਾਨੀ ਕਿ ਜਲਦੀ ਫਰੂਟ ਦੇਣ ਵਾਲਾ ਪਲਾਂਟ ਹੈ, ਅਤੇ ਵੀ ਏ ਪੀ ਪਲਾਂਟ, ਠੀਕ ਹੈ। ਇਹ ਤੁਹਾਨੂੰ ਅਸੀਂ ਬੜੇ ਅੱਛੇ ਅਤੇ ਬੜੇ ਖੂਬਸੂਰਤ ਅੰਦਾਜ਼ ਨਾਲ ਟਿਪਸ ਦੇਣ ਦੀ ਕੋਸ਼ਿਸ਼ ਕਰੀਦੀ ਹੈ, ਆਈਡੀਆ ਦੇਣ ਦੀ ਕੋਸ਼ਿਸ਼ ਕਰੀਦੀ ਹੈ, ਅਤੇ ਪਲਾਂਟੇਸ਼ਨ ਕਰਨ ਦੀ ਕੋਸ਼ਿਸ਼ ਕਰੀਦੀ ਹੈ ਕਿ ਤੁਹਾਨੂੰ ਅੱਛੇ ਤਰੀਕੇ ਨਾਲ, ਸੋਹਣੇ ਤਰੀਕੇ ਨਾਲ ਸਮਝਾਈਏ ਅਤੇ ਬੁਝਾਈਏ। ਲਓ ਜੀ ਦੇਖੋ ਕੈਸਾ ਸਿੱਧਾ ਸੋਹਣਾ ਸੁਥਰਾ। ਲਓ ਜੀ, ਇਹਨੂੰ ਵੀ ਅਸੀਂ ਮੱਟੀ ਪਾਈ, ਮੱਟੀ ਸਾਡੀ ਹੋਈ ਹੈ ਬਣੀ ਹੋਈ, ਉੱਥੇ ਵੀ ਉਸ ਤਰ੍ਹਾਂ ਹੀ ਅਸੀਂ ਖਾਦ ਵਗੈਰਾ ਪਾਈ, ਇਹਦੇ ਵਿੱਚ ਖਾਦ ਕਿਹੜੀ ਪਾਈ ਹੈ? ਡੀ ਏ ਪੀ ਖਾਦ, ਉਹ ਗੁਲਾਬ ਦੇ ਕੰਡੇ ਲੱਗ ਗਏ। ਲਓ ਜੀ, ਇਹ ਹੁਣ ਗੁਲਾਬ ਦੇ ਲਾਗ ਦੇ ਵਿੱਚ ਗੁਲਾਬ ਲੱਗਾ ਹੋਇਆ ਅਤੇ ਖੂਬਸੂਰਤ ਲੱਗਾ ਹੋਇਆ, ਮਾਸ਼ਾਅੱਲਾ, ਅਲਹਮਦੁਲਿਲਾ, ਬੜੀ ਖੂਬਸੂਰਤੀ ਨਾਲ। ਇਹਦੀ ਸੁਬਹ ਸੁਬਹ ਅਸੀਂ ਸਫਾਈ ਦੇ ਮਾਮਲਾ 'ਚ ਆਏ ਸਾਂ, ਅਤੇ ਅੱਗੇ ਮਿਲ ਗਿਆ ਸਾਨੂੰ ਆਰਡਰ, ਦੋ ਪਲਾਂਟ ਲਾਉਣ ਦੇ ਦੋ ਲਾਏ ਨੇ, ਐਲੋਵੇਰਾ ਪਲਾਂਟ ਵੀ ਲਾਏ ਨੇ ਅਲਹਮਦੁਲਿਲਾ,
ਬੜੀ ਖੂਬਸੂਰਤੀ ਨਾਲ, ਬੜੇ ਪਿਆਰੇ ਅੰਦਾਜ਼ ਨਾਲ, ਸੋਹਣੇ ਸੁਥਰੇ ਅੰਦਾਜ਼ ਨਾਲ ਆਏ ਨੇ। ਇੱਧਰ ਵੀ ਐਲੋਵੇਰਾ ਪਲਾਂਟ ਲੱਗੇ ਨੇ, ਠੀਕ ਹੈ। ਉਹ ਅਮਰੂਦ ਦਾ ਵੱਡਾ ਪਲਾਂਟ ਵੀ ਲੱਗਿਆ ਪੁਰਾਣਾ, ਠੀਕ ਹੈ ਜੀ। ਪੁਦੀਨਾ ਲੱਗਾ ਹੋਇਆ, ਪੁਦੀਨਾ। ਇੱਥੇ ਅਸੀਂ ਲਾਉਣਾ ਸੀ ਸੇਬ ਦਾ ਪਲਾਂਟ, ਪਰ ਰਾਤੀ ਬਾਰਿਸ਼ ਜਿਹੜੀ ਹੋਈ ਹੈ ਕੱਲ੍ਹ, ਉਹਦੀ ਵਜ੍ਹਾ ਨਾਲ ਉਹ ਸੇਬ ਦੀ ਗਾਚੀ ਜਿਹੜੀ ਹੈ ਨਾ ਨਹੀਂ ਨਿਕਲ ਸਕੀ, ਅੱਛੇ ਤਰੀਕੇ ਨਾਲ ਨਹੀਂ ਤਿਆਰ ਹੋ ਸਕਿਆ। ਫਿਰ ਲਾਵਾਂਗੇ, ਫਿਰ ਇਨਸ਼ਾਅੱਲਾ ਕਰਾਂਗੇ। ਅਤੇ ਮਾਮਲਾ ਇਹ ਨਹੀਂ ਕਿ ਤੁਸੀਂ ਆਪਣੇ ਗਾਰਡਨ 'ਚ ਐਲੋਵੇਰਾ ਪਲਾਂਟ ਲਾਓ ਜਨਾਬ, ਤੁਸੀਂ ਪੁਦੀਨਾ ਦੇ ਪਲਾਂਟ ਲਾਓ, ਲੈਮਨ ਦੇ ਪਲਾਂਟ ਲਾਓ, ਕਿੰਨੂ ਫਰੂਟ, ਮਸੰਮੀ, ਸੇਬ ਦੇ ਪਲਾਂਟ ਲਾਓ। ਅਤੇ ਮਾਸ਼ਾਅੱਲਾ ਅਲਹਮਦੁਲਿਲਾ ਤਿੰਨ ਲਾਈਨਾਂ ਲੱਗੀਆਂ, ਅਤੇ ਖੂਬਸੂਰਤੀ ਨਾਲ ਲੱਗੀਆਂ, ਠੀਕ ਹੈ। ਲਓ ਫਿਰ ਸੱਜਣ ਬੇਟੀਏ, ਦੋਸਤੋ ਇਹਨਾਂ ਕੋਲ ਨੇ ਇਜਾਜ਼ਤ, ਪਾਣੀ ਆਪੇ ਪਾ ਲੈਣਗੇ। ਗਰਮੀ ਦੇ ਦਿਨ ਨੇ, ਬਹੁਤ ਜ਼ਿਆਦਾ ਗਰਮੀ ਹੈ, ਚੱਲ ਕੇ ਜਾ ਕੇ ਨਹਾਈਏ, ਕੱਪੜੇ ਚੇਂਜ ਕਰੀਏ, ਠੀਕ ਹੈ ਜੀ। ਦੁਆਵਾਂ 'ਚ ਯਾਦ ਰੱਖਣਾ, ਆਪਣਾ ਅਤੇ ਆਪਣੇ ਪਿਆਰੇ ਦਾ ਖਿਆਲ ਰੱਖਣਾ, ਸਾਡੇ ਹੱਕ ਨੂੰ ਦੁਆ ਕਰਨੀ। ਇਨਸ਼ਾਅੱਲਾ ਬਹੁਤ ਜ਼ਿਆਦਾ ਜ਼ਿੰਦਗੀ ਦੁਬਾਰਾ ਫਿਰ ਤੁਹਾਨੂੰ ਮੁਲਾਕਾਤ ਹੈਗੀ, ਉਨੀ ਦੇਰ ਤੱਕ ਦੁਆ ਆਪਣੀ ਮਿਹਰਬਾਨੀ ਹੋ ਜਾਵੇ।